ਅਸਲਾਮ ਅਲੈਕਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਮੈਂ ਸਰਵ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਖਾਸ ਸੁਨੇਹਾ, ਇੱਕ ਖਾਸ ਵੀਡੀਓ ਲੈ ਕੇ। ਅੱਜ ਦਾ ਜੋ ਸਾਡਾ ਵੀਡੀਓ ਹੈ, ਇਹ ਵੀਡੀਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ ਜੀ, ਕਿਉਂਕਿ ਹਰ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਮ ਦੀ ਉਸਤਤ ਹੋ ਰਹੀ ਹੈ। ਤੋ ਸਾਡਾ ਚੈਨਲ ਵੀ ਪੀਰਾਂ ਫਕੀਰਾਂ ਦੀ ਉਸਤਤ ਕਰਦਾ ਹੈ। ਤੋ ਉਹ ਸਰਬ ਸਾਂਝੇ ਫਕੀਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚੋਂ ਕੁਝ ਅੰਸ਼ ਆਪ ਜੀ ਨਾਲ ਸਾਂਝੇ ਕਰਾਂਗੇ ਜੀ। ਉਹਨਾਂ ਦਾ ਜਨਮ 1469 ਈਸਵੀ ਲਾਹੌਰ ਪਾਕਿਸਤਾਨ ਵਿਖੇ ਹੋਇਆ। ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹਨਾਂ ਦਾ ਨਾਮ ਨਾਨਕ ਕਹਿੰਦੇ ਇਸ ਲਈ ਪਿਆ ਕਿਉਂਕਿ ਉਹਨਾਂ ਦਾ ਜਨਮ ਨਾਨਕੇ ਘਰ ਹੋਇਆ ਸੀ। ਤੋ ਬਾਲ ਉਮਰ ਤੋਂ ਹੀ ਉਹ ਇੱਕ ਫਕੀਰੀ ਰੂਹ ਰੱਬ ਰੂਹ ਕਈ ਕੌਤਕ ਕੀਤੇ, ਜਿਨ੍ਹਾਂ ਦੇ ਨਾਲ ਉਸ ਸਮੇਂ ਦੇ ਲੋਕਾਂ ਨੂੰ ਰੱਬ ਦੇ ਨਾਲ ਜੁੜਨ ਦਾ, ਉਸ ਰੱਬ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ, ਰੱਬ ਦੇ ਨਾਲ ਜੋੜਿਆ ਰੂਹਾਂ ਨੂੰ। ਅਤੇ ਕਹਿੰਦੇ ਨੇ ਕਿ ਇੱਕ ਵਕਤ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਬਾਹਰ ਜਾਓ, ਖੇਤਾਂ ਦੇ ਵਿੱਚ ਮੱਝਾਂ ਚਾਰ ਕੇ ਲੈ ਕੇ ਆਓ, ਨਾਲੇ ਤੁਹਾਡਾ ਬਾਹਰ ਘੁੰਮ ਕੇ ਮਨ ਜਿਹੜਾ ਉਹ ਕੁਦਰਤ ਦੇ ਨਾਲ ਜੁੜ ਜਾਵੇਗਾ ਅਤੇ ਮੱਝਾਂ ਵੀ ਭੁੱਖੀਆਂ ਹਨ, ਇਹਨਾਂ ਦਾ ਵੀ ਪੇਟ ਭਰ ਜਾਵੇਗਾ। ਤੋ ਗੁਰੂ ਨਾਨਕ ਦੇਵ ਜੀ ਬਹੁਤ ਹੀ ਆਗਿਆਕਾਰ ਬਾਲਕ, ਉਹਨਾਂ ਨੇ ਆਪਣੇ ਪਿਤਾ ਜੀ ਦੀ ਆਗਿਆ ਮੰਨੀ, ਮੱਝਾਂ ਲੈ ਕੇ ਖੇਤਾਂ ਵੱਲ ਤੁਰ ਪਏ। ਕਹਿੰਦੇ ਨੇ ਕਿ ਜਦੋਂ ਮੱਝਾਂ ਖੇਤਾਂ ਦੇ ਵਿੱਚ ਪੁੱਜੀਆਂ ਅਤੇ ਗੁਰੂ ਨਾਨਕ ਦੇਵ ਜੀ ਇੱਕ ਸਾਫ ਜਿਹੀ ਜਗ੍ਹਾ ਦੇਖੀ, ਉੱਥੇ ਬੈਠ ਕੇ ਰੱਬ ਦੀ ਭਗਤੀ ਦੇ ਵਿੱਚ ਲੀਨ ਹੋ ਗਏ। ਜਦੋਂ ਉਹ ਰੱਬ ਦੀ ਭਗਤੀ ਦੇ ਵਿੱਚ ਬੰਦਗੀ ਦੇ ਵਿੱਚ ਲੀਨ ਹੋ ਗਏ, ਤਾਂ ਮੱਝਾਂ ਚਰਦੀਆਂ ਚਰਦੀਆਂ ਇੱਕ ਹਰੀ ਭਰੀ ਫਸਲ ਦੇ ਖੇਤ ਵਿੱਚ ਜਾ ਵੜੀਆਂ ਅਤੇ ਮੱਝਾਂ ਨੇ ਉਹ ਸਾਰੀ ਫਸਲ ਖਾ ਲਈ, ਫਸਲ ਉਹ ਕੁਝ ਫਸਲ ਉਜਾੜ ਦਿੱਤੀ। ਅਤੇ ਇੰਨੇ ਨੂੰ ਜਦੋਂ ਉਸ ਫਸਲ ਦਾ, ਉਸ ਖੇਤ ਦਾ ਮਾਲਿਕ ਆ ਗਿਆ ਅਤੇ ਉਹ ਗੁਰੂ ਜੀ ਨੂੰ ਬੁਰਾ ਭਲਾ ਬੋਲਣ ਲੱਗ ਪਿਆ। ਤਾਂ ਗੁਰੂ ਜੀ ਕਹਿੰਦੇ ਕਿ ਕੋਈ ਗੱਲ ਨਹੀਂ, ਤੇਰੀ ਫਸਲ ਹਰੀ ਭਰੀ ਹੋ ਜਾਵੇਗੀ, ਅੱਗੇ ਨਾਲ ਦੁੱਗਣੀ ਹੋ ਜਾਵੇਗੀ। ਪਰ ਉਹਨਾਂ ਨੇ ਇਹ ਚੀਜ਼ ਨੂੰ ਨਾ ਮੰਨਿਆ, ਝਗੜਾ ਵੱਧ ਗਿਆ ਕਿ ਉਹ ਉਸ ਸਮੇਂ ਦੇ ਚੌਧਰੀ ਰਾਏ ਬੁਲਾਰ ਖਾਨ ਦੇ ਕੋਲ ਚਲੇ ਗਏ। ਉਹਨਾਂ ਨੇ ਜਾ ਕੇ ਸਾਰੀ ਗੱਲ ਦੱਸੀ ਕਿ ਇਹ ਜੋ ਮੱਝਾਂ ਚਾਰ ਰਿਹਾ ਲੜਕਾ, ਇਹਦੀਆਂ ਮੱਝਾਂ ਮੇਰੇ ਖੇਤ ਵਿੱਚ ਵੜ ਗਈਆਂ ਅਤੇ ਉਹਨਾਂ ਨੇ ਸਾਰੀ ਫਸਲ ਉਜਾੜ ਦਿੱਤੀ। ਪਰ ਇਹ ਜਿਹੜੀ ਘਟਨਾ ਜਦੋਂ ਹੋਈ, ਉਹ ਰੱਬ ਦੀ ਰੂਹ ਰੱਬ ਦੇ ਨਾਲ ਜੁੜੀ ਹੋਈ ਸੀ ਅਤੇ ਰੱਬ ਦੇ ਆਸ਼ਕ ਜੋ ਹੋਇਆ ਕਰਦੇ ਨੇ, ਰੱਬ ਉਹਨਾਂ 'ਤੇ ਕਦੀ ਵੀ ਇਲਜ਼ਾਮ ਜਾਂ ਕੋਈ ਆਂਚ ਨਹੀਂ ਆਉਣ ਦਿੰਦਾ। ਅਤੇ ਜਦੋਂ ਰਾਏ ਬੁਲਾਰ ਨੇ ਕਿਹਾ ਕਿ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾਇਆ ਕਿ ਚਲੋ ਨਾਲ ਆਪਾਂ ਚੱਲੀਏ, ਪਹਿਲਾਂ ਉਸ ਖੇਤ ਨੂੰ ਦੇਖੀਏ ਜਿੱਥੇ ਫਸਲਾਂ ਜਿਹੜੀਆਂ ਉਜਾੜੀਆਂ ਹੋਈਆਂ ਹਨ। ਅਤੇ ਜਦੋਂ ਉਹ ਸਾਰੇ ਜਾਣੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਉਸ ਖੇਤ ਦੇ ਕੋਲ ਪਹੁੰਚੇ, ਉਹ ਖੇਤ ਨੂੰ ਦੇਖਿਆ ਅਤੇ ਫਸਲ ਪਹਿਲਾਂ ਨਾਲੋਂ ਵੀ ਹਰੀ ਭਰੀ ਹੋਈ, ਪਹਿਲਾਂ ਨਾਲੋਂ ਵੀ ਵੱਧ ਸੋਹਣੀ ਹੋਈ। ਇਹ ਗੱਲ ਦੇਖ ਕੇ, ਖੁਸ਼ਹਾਲੀ ਖੇਤ ਦੀ ਦੇਖ ਕੇ ਉਹ ਸਾਰੇ ਹੈਰਾਨ ਰਹਿ ਗਏ। ਅਤੇ ਲਾਏ ਜੋ ਰਾਏ ਬੁਲਾਰ ਸੀ, ਉਹਨਾਂ ਨੇ ਇਹ ਕੌਤਕ ਦੇਖ ਕੇ ਉਸ ਖੇਤ ਦੇ ਮਾਲਕ ਨੂੰ ਝੂਠਾ ਕਰਾਰ ਦਿੱਤਾ ਕਿ ਤੂੰ ਝੂਠ ਬੋਲ ਰਿਹਾ ਹੈ, ਇਹ ਤੇਰੀ ਫਸਲ ਤਾਂ ਕਿਤੇ ਉਜੜੀ ਹੀ ਨਹੀਂ ਹੈ, ਇਹ ਤੋਂ ਹਰੀ ਭਰੀ ਜਿੱਦਾਂ ਸੀਗੀ ਉੱਦਾਂ ਹੀ ਹੈ। ਅਤੇ ਰਾਏ ਬੁਲਾਰ ਜੋ ਸੀ, ਉਸ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਏ ਕਿ ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਜ਼ਰੂਰ ਕੋਈ ਰੱਬ ਰੂਹ ਹੈ। ਤੋ ਇੱਕ ਵਕਤ ਫਿਰ ਕੀ ਹੋਇਆ, ਕਹਿੰਦੇ ਨੇ ਕਿ ਇਸ ਤਰ੍ਹਾਂ ਗੁਰੂ ਜੀ ਅਕਸਰ ਮੱਝੀਆਂ ਚਾਰਨ ਜਾਇਆ ਕਰਦੇ ਅਤੇ ਇੱਕ ਦਿਨ ਫਿਰ ਮੱਝਾਂ ਲੈ ਕੇ ਜਦੋਂ ਘਰੋਂ ਤੁਰੇ, ਗਰਮੀਆਂ ਦੇ ਦਿਨ ਸੀ, ਮੱਝਾਂ ਚਰਨ ਦੇ ਲਈ ਛੱਡ ਦਿੱਤੀਆਂ,
तो आप एक दरख्त दे थले अपना साफा विछाया ते आराम दे विच पै गए। जो आराम करन दे ले पै गए, अख लग गई, लिव जुड़ गई उस परम पिता परमेश्वर दे नाल, अल्लाह ताला दे नाल। तो जो लिव जुड़ गई ते इन्हें क्यों है कि मज्जां चर के आके वापस बैठ गई, तो परछावां टलिया ते गुरु जी नूं उस दरख्त दे थल्लों धुप आ गई। परछावां टल दे नाल जिहड़ी छां परां चले गई ते गुरु जी ते धुप दा जो परछावां सी ओह पैण लग पिया, धुप आके पैण लग पई। जदों धुप पैण लग पई, लागे कहिंदे इक खुड सी, खुड दे विच इक नाग रहिंदा सी जो फनीअर। उसने देखिया कि इह रबरू नूं धुप लग रही है, वह अपनी खुड दे विचों बाहर आया। बाहर आके उन्हें अपना फन फैलाया ते गुरु जी दे उपर छां कर दित्ती। तो जदों उन्होंने गुरु जी दे उपर छां कर दित्ती ते फिर उधरों चौधरी राय बुलार खान आ रहा सी। उन्हें देखिया कि वाढ़ी का समा है, वह फसल खेतों में देखने जो आया तो उन्हें यह सारा खौतक देखिया तो फिर वह बहुत हैरान रह गया कि वाकई ही मेरी उदन की गल सच्ची सी कि एक कोई साधारण व्यक्ति नहीं है, जरूर रब्बी अवतार है। तो यह गल उन्हें जाके गुरु नानक देव जी के पिता जी ने दसी कि तेरा जो लड़का है ये कोई आम बालक नहीं है, अज तो बाद तू इनू ना कोई डांटना है, ना इनू मारना है, तो ना ही इनू फसलों दे विच खेतों दे विच मज्जां चराउण दे लई भेजना, क्योंकि ये रब रू है, रब की भगती करन दे लई, रब की बड़ियाई करन दे लई आई है, इनू उहो ही कम करन दे। तो इस छोटियां छोटियां साखियां मेरे गुरु धन धन गुरु नानक देव जी दे जीवन दे विच उन्होंने कीतियां, उन्हां दे नाल जो संबंधित होर भी साखियां हन असी इस हफ्ते दे विच आप जी दे नाल सांझियां करांगे, क्योंकि जिन्ना चिर उन्हां दा प्रकाश उत्सव दे दिन ये चल रहे ने, प्रभात फेरियां चल रही ने, ते असी रोज़ कोई ना कोई साखी तुहाडे नाल सांझी करांगे ते आस करांगे कि आप जी नूं ये बहुत पसंद आवेगा। कमेंट करके जरूर दसना। तो अज तक दे लई इन्ना ही, कल फिर एक नवी साखी दे नाल हाजिर होवांगे। तद तक लई हक मुर्शिद सच मुर्शिद।